ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬੀ ਵਿਆਕਰਨ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਦਾ ਮੌਕ ਟੈਸਟ ਹਾਂਜੀ ਇਸ ਵੀਡੀਓ ਦੇ ਵਿੱਚ ਸਿਰਫ ਇੱਕੋ ਇੱਕ ਪੰਜਾਬੀ ਵਿਆਕਰਨ ਦਾ ਟੌਪਿਕ ਲਿਆ ਗਿਆ ਹੈ ਜਿਸ ਦਾ ਨਾਮ ਹੈ ਨਾਮ ਨਾਮ ਦੇ ਨਾਲ ਰਿਲੇਟਡ ਅਸੀਂ ਪੰਜਾਬੀ ਵਿਆਕਰਨ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਟੈਮਸਿਕਿਊ ਬਣ ਸਕਦੇ ਆ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ View ਤੋਂ ਉਹ ਹੀ ਕੁਐਸ਼ਨ ਇਸ ਵੀਡੀਓ ਦੇ ਵਿੱਚ ਐਡ ਕੀਤੇ ਗਏ ਨੇ ਸੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਪੀਟਪੀਐਸਬੀ ਕਲਰਕ ਐਕਸਾਈਜ਼ ਤੇ ਟੈਕਸ ਇਨਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਅਗੇ ਜਾ ਕੇ ਪੰਜਾਬ ਪੁਲਿਸ ਦੇ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਨੇ ਜਾਨੀ ਕਿ ਕਾਂਸਟੇਬਲ ਦਾ ਪੇਪਰ ਵੀ ਦੇਣ ਵਾਲੇ ਨੇ ਕਿਉਂਕਿ ਤੁਹਾਨੂੰ ਪਤਾ ਹੈ 올ਮੋਸਟ ਤੁਹਾਡਾ ਸਿਲੇਬਸ ਆ ਜੋ ਬਿਲਕੁਲ ਸੇਮ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸਟੂਡੈਂਟ ਇੱਕ ਵਾਰ ਫੋਰੈਸਟ ਗਾਰਡ ਦੀ ਤਿਆਰੀ ਧਿਆਨ ਨਾਲ ਕਰ ਲੈਂਦੇ ਆ ਉਹ ਅੱਗੇ ਜਾ ਕੇ ਅੱਗੇ ਜਾ ਕੇ ਤੁਸੀਂ ਕਾਂਸਟੇਬਲ ਦਾ ਪੇਪਰ ਆਸਾਨੀ ਦੇ ਨਾਲ ਕ੍ਰੈਕ ਕਰ ਸਕਦੇ ਹੋ ਇਸ ਤੋਂ ਇਲਾਵਾ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆਉਂਦੇ ਨੇ ਕਿ ਅਸੀਂ ਪੇਪਰ ਕਿੱਥੋਂ ਸਟਾਰਟ ਕਰੀਏ ਸਾਨੂੰ ਪੇਪਰ 'ਚ ਜਾ ਕੇ ਨਹੀਂ ਪਤਾ ਲੱਗਦਾ ਤਾਂ ਮੈਂ ਤੁਹਾਨੂੰ ਇਸ ਦਾ ਰਿਪਲਾਈ ਜ਼ਰੂਰ ਦੇਣਾ ਚਾਹਾਂਗੀ ਕਿ ਜਿਹੜੇ ਸਟੂਡੈਂਟਸ ਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਵੈਸੇ ਤਾਂ ਆਲਮੋਸਟ ਸਭ ਨੂੰ ਹੀ ਹੁੰਦੀ ਆ ਕਿ ਜੋ ਟਾਪਿਕ ਤੁਹਾਨੂੰ ਈਜ਼ੀ ਲੱਗਦਾ ਜਿਵੇਂ ਮੰਨ ਕੇ ਚੱਲੋ ਕਿਸੇ ਨੂੰ ਪੰਜਾਬੀ ਗ੍ਰਾਮਰ ਬਹੁਤ ਅੱਛੀ ਲੱਗਦੀ ਆ ਉਹਨੂੰ ਮਤਲਬ ਬਹੁਤ ਈਜ਼ੀ ਲੱਗਦੀ ਆ ਤਾਂ ਉਹ ਕੀ ਕਰ ਸਕਦਾ ਕਿ ਪੰਜਾਬੀ ਗ੍ਰਾਮਰ ਨੂੰ ਹੀ ਪੇਪਰ ਆਪਣਾ ਸਟਾਰਟ ਕਰੇ ਇੱਕ ਤਾਂ ਇਹ ਆ ਕਿ ਜਦੋਂ ਅਸੀਂ ਪੇਪਰ ਦੇਖਦੇ ਆ ਸਾਰਾ ਪੇਪਰ ਨਾ ਦੇਖੋ ਜੋ ਤੁਹਾਨੂੰ ਟੋਪਿਕ ਈਜ਼ੀ ਲੱਗਦਾ ਵਾ ਪਹਿਲਾਂ ਉਸੇ ਤੋਂ ਸਟਾਰਟ ਕਰ ਲਓ ਜਿਵੇਂ ਜੋ ਵੀ ਪੰਜਾਬੀ ਗ੍ਰਾਮਰ ਹੋਊਗੀ ਉਹਦੇ ਵਿੱਚ ਤੁਸੀਂ ਪੰਜਾਬੀ ਗ੍ਰਾਮਰ ਤੋਂ ਸਟਾਰਟ ਕਰ ਲੈਣਾ ਠੀਕ ਹੈ ਜੇ ਅਸੀਂ ਮਤਲਬ ਪਹਿਲਾਂ ਹੀ ਟਫਾਪੋਰਸ਼ਨ ਚੱਕ ਲੈਨੇ ਆ ਬਾਰੀ ਚਾਂਸ ਸਾਨੂੰ ਉਹਦੇ ਵਿੱਚੋਂ ਪਹਿਲਾ ਹੀ ਕੁਐਸਚਨ ਨਹੀਂ ਪਤਾ ਲੱਗਦਾ ਤਾਂ ਸਾਡੇ ਮਾਈਂਡ ਤੇ ਇੱਕ ਤਰ੍ਹਾਂ ਨਾਲ ਟੈਨਸ਼ਨ ਪੈ ਜਾਂਦੀ ਆ ਜੇ ਤੁਸੀਂ ਈਜ਼ੀ ਟੋਪਿਕ ਚੱਕਦੇ ਆ ਤਾਂ ਸਾਡਾ ਮਾਈਂਡ ਜਿਹੜੇ 2 ਸੈਕਿੰਡ ਦੀ ਸਮਾਈ ਲ ਆਉਂਦੀ ਆ ਜੋ ਸਾਡੇ ਤੇ ਮਤਲਬ ਕਿ ਜੋ ਐਮਸੀਕਿਊਸ ਹਨ ਉਹਦੇ ਵਿੱਚੋਂ ਆਉਂਦੇ ਹੁੰਦੇ ਆ ਤਾਂ ਉਹਦੇ ਨਾਲ ਕੀ ਹੈ ਕਿ ਸਾਡਾ ਮਾਈਂਡ ਇੱਕ ਤਰ੍ਹਾਂ ਨਾਲ ਫਰੈਸ਼ ਹੋ ਜਾਂਦਾ ਜਿਸ ਦੇ ਵਿੱਚ ਰੀਜ਼ਨਿੰਗ ਦੇ ਪੋਰਸ਼ਨ ਦੇ ਸਾਮਾ ਜੋ ਆਪਣੇ ਆਪ ਮਾਈਂਡ ਦੇ ਵਿੱਚ ਵਰਕ ਕਰਨ ਲੱਗ ਜਾਂਦੇ ਆ ਠੀਕ ਹੈ ਤੇ ਅਸੀਂ ਆਪਣੇ ਆਪ ਆਪਣੀ ਮੈਂਟਲ ਅਬਿਲਿਟੀ ਦਾ ਯੂਜ਼ ਕਰਕੇ ਉਹ ਸਵਮ ਕਰਦੇ ਵੀ ਆਂ ਇਸ ਦਾ ਬਹੁਤ ਫਰਕ ਪੈਂਦਾ ਵਾ ਬਹੁਤ ਇਫੈਕਟ ਪੈਂਦਾ ਇਸ ਤੇ ਕਿ ਤੁਸੀਂ ਸਭ ਤੋਂ ਪਹਿਲਾਂ ਜੋ ਤੁਹਾਨੂੰ ਈਜ਼ੀ ਟਾਪਿਕ ਲੱਗਦਾ ਉਸ ਨੂੰ ਅਟੈਂਪਟ ਕਰੋ ਤਾਂ ਅੱਜ ਅਸੀਂ ਕਰਦੇ ਹਾਂ ਆਪਣੇ ਮੇਨ ਟਾਪਿਕ ਤੇ ਗੱਲ ਜਿਵੇਂ ਅਸੀਂ ਪੰਜਾਬੀ ਗ੍ਰਾਮਰ ਦਾ ਇੱਕੋ ਇੱਕ ਮੇਨ ਟਾਪਿਕ ਲਿਆ ਹੈ ਤੇ ਉਸ ਦੇ ਨਾਲ ਰਿਲੇਟਿਡ ਇੰਪੋਰਟੈਂਟ ਐਮਸੀਕਿਊ ਜਿੰਨੇ ਵੀ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਇਆ ਉਸ ਵੀਡੀਓ ਦੇ ਵਿੱਚ ਐਡ ਕੀਤੇ ਗਏ ਆ ਕਿਉਂਕਿ ਇਹ ਪੰਜਾਬੀ ਗ੍ਰਾਮਰ ਦਾ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਆ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਨੀ ਆ ਕਿ ਪੰਜਾਬੀ ਗ੍ਰਾਮਰ ਦੀ ਜੇ ਅਸੀਂ ਗੱਲ ਕਰੀਏ ਤਾਂ ਵੀਡੀਓ ਦੇ ਐਗਜ਼ਾਮ ਦੇ ਵਿੱਚ 13 ਨੰਬਰ ਦੀ ਪੰਜਾਬੀ ਗ੍ਰਾਮਰ ਆਉਣੀ ਆ ਅਸੀਂ ਪੰਜਾਬੀ ਦੇ ਵਿੱਚੋਂ 13 'ਚੋਂ 12 ਨੰਬਰ ਲੈਣ ਦੀ ਗੱਲ ਨਹੀਂ ਕਰਨੀਗੇ ਅਸੀਂ 13 'ਚੋਂ 13 ਨੰਬਰ ਹੀ ਲੈਣੇ ਆ ਤੇ ਅਸੀਂ ਲੈ ਸਕਦੇ ਆ ਠੀਕ ਹੈ ਇਸ ਕਰਕੇ ਤੁਸੀਂ ਕੀ ਕਰਨਾ ਹੈ ਹਰ ਇੱਕ ਮੌਕ ਟੈਸਟ ਨੂੰ ਧਿਆਨ ਨਾਲ ਦੇਣਾ ਅੱਜ ਤੋਂ ਅਸੀਂ ਪੰਜਾਬ ਫੋਰੈਸਟ ਗਾਰਡ ਵੀਡੀਓ ਦੇ ਐਗਜ਼ਾਮ ਵਾਲੇ ਸਟੂਡੈਂਟਸ ਦੇ ਲਈ ਪੰਜਾਬੀ ਗ੍ਰਾਮਰ ਦੇ ਇੰਪੋਰਟੈਂਟ ਮੌਕ ਟੈਸਟ ਤਿਆਰ ਕੀਤੇ ਨੇ ਜਿਹੜੇ ਕੀ ਤੁਹਾਨੂੰ ਹਰ ਦੂਜੇ ਦਿਨ ਮਿਲਿਆ ਕਰਨਗੇ ਠੀਕ ਹੈ ਤੁਸੀਂ ਮੌਕ ਟੈਸਟ ਨੂੰ ਪੂਰੇ ਧਿਆਨ ਦੇ ਨਾਲ ਦੇਂਦੇ ਜਾਣਾ ਹੈ ਤੇ ਇਸ ਤੋਂ ਇਲਾਵਾ ਕੋਈ ਵੀ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਜਾਂ ਟੈਲੀਗ੍ਰam ਚੈਨਲ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਜਿਹੜਾ ਨਾਮ ਕਿਸੇ ਖਾਸ ਸਥਾਨ ਜੀਵ ਜਾਂ ਸ਼ੈ ਲਈ ਪ੍ਰਯੋਗ ਕੀਤਾ ਜਾਵੇ ਉਸ ਨੂੰ ਕੀ ਕਹਿੰਦੇ ਆ ਸਭ ਤੋਂ ਪਹਿਲਾਂ ਦੇਖੋ ਨਾਮ ਹੁੰਦਾ ਕੀ ਆ ਉਹ ਸ਼ਬਦ ਜੋ ਕਿਸੇ ਵਿਅਕਤੀ ਵਸਤੂ ਸਥਾਨ ਅਤੇ ਭਾਵ ਦੇ ਵੋਧ ਕਰਵਾਉਂਦੇ ਆ ਜਿਵੇਂ ਕਿਸੇ ਖਾਸ ਸਥਾਨ ਦਾ ਨਾਮ ਹੋ ਗਿਆ ਕਿਸੇ ਖਾਸ ਵਿਅਕਤੀ ਦਾ ਨਾਮ ਹੋ ਗਿਆ ਜਿਹੜੇ ਨਾਮਾਂ ਦਾ ਵੋਧ ਕਰਵਾਉਂਦੇ ਆ ਉਹਨਾਂ ਨੂੰ ਅਸੀਂ ਬੋਲਦੇ ਆ ਨਾਮ ਠੀਕ ਹੈ ਤੇ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਨਾਮ ਜਿਹੜੇ ਇਹ ਮੋਸਟਲੀ ਪੰਜ ਪ੍ਰਕਾਰ ਦੇ ਹੁੰਦੇ ਆ ਠੀਕ ਹੈ ਪੰਜ ਪ੍ਰਕਾਰ ਦੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ ਜ ਜਿਹਦੇ ਵਿੱਚ ਆਮ ਨਾਮ ਖਾਸ ਨਾਮ ਇਕਾਠਵਾਚਕ ਨਾਮ ਵਸਤੂਵਾਚਕ ਨਾਮ ਆਉਂਦੇ ਆ ਹੁਣ ਇਸ ਦੇ ਵਿੱਚ ਇੱਕ ਕਿਸਮ ਹੀ ਲਿਖੀ ਗਈ ਆ ਨਾਮ ਦੀ ਜਿਸ ਦੇ ਵਿੱਚ ਉਹਨੇ ਪੁੱਛਿਆ ਕਿ ਜਿਹੜੇ ਸ਼ਬਦ ਜਿਹੜਾ ਨਾਮ ਕਿਸੇ ਖਾਸ ਸਥਾਨ ਜੀਵ ਜਾਂ ਕਿਸੇ ਸਹਿ ਲਈ ਪ੍ਰਯੋਗ ਕੀਤਾ ਜਾਂਦਾ ਉਸ ਨੂੰ ਅਸੀਂ ਖਾਸ ਨਾਮ ਬੋਲਦੇ ਆ অপਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਮਰਾ ਸ਼ਬਦ ਨਾਮ ਦਾ ਕੀ ਸੌਰੀ ਜਿਹੜਾ ਕਮਰਾ ਸ਼ਬਦ ਆ ਇਹ ਨਾਮ ਦੀ ਕਿਹੜੀ ਕਿਸਮ ਆ ਕਮਰਾ ਸ਼ਬਦ ਨਾਮ ਦੀ ਕਿਹੜੀ ਕਿਸਮ ਆ ਹਾਂਜੀ ਨਾਮ ਦੀਆਂ ਕਿਸਮਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜੋ ਕਮਰਾ ਸ਼ਬਦ ਨਾਮ ਆ ਇਹ ਕਿਸ ਦੇ ਕਿਹੜੇ ਨਾਮ ਦੀ ਕਿਸਮ ਆ ਤਾਂ ਇਹ ਵਸਤੂ ਕਮਰਾ ਇੱਕ ਵਸਤੂਵਾਚਕ ਨਾਮ ਦੀ ਕਿਸਮ ਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਜੇ ਅਸੀਂ ਨਾਮ ਕਿਸ ਨੂੰ ਕਹਿੰਦੇ ਹਨ ਹਾਂਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿਸੇ ਮਨੁੱਖ ਦੇ ਕਿਸੇ ਸਥਾਨ ਦੇ ਕਿਸੇ ਜੀਵ ਦੇ ਜੋ ਭਾਵ ਪ੍ਰਗਟ ਕਰਦੇ ਆ ਭਾਵ ਦਾ ਵੋਧ ਕਰਵਾਉਂਦੇ ਆ ਉਹਨਾਂ ਨੂੰ ਅਸੀਂ ਕੀ ਬੋਲ ਦਿੰਨੇ ਆ ਨਾਮ ਬੋਲ ਦਿੰਨੇ ਆ ਆਪਸ਼ਨ ਨੰਬਰ ਕੂੜਾ ਇਸਾ ਰਾਈਟ ਆਨਸਰ ਅਗਲਾ ਪ੍ਰਸ਼ਨ ਜਿਸ ਨਾਮ ਦੁਆਰਾ ਤੋਲੀਆਂ ਜਾਂ ਮਿਨੀਆਂ ਜਾਣ ਵਾਲੀਆਂ ਚੀਜ਼ਾਂ ਦਾ ਪ੍ਰਗਟਾਰ ਹੁੰਦਾ ਹਾਂਜੀ ਕੋਈ ਚੀਜ਼ ਆ ਜਿਹਨੂੰ ਅਸੀਂ ਮੈਣ ਸਕਦੇ ਆ ਤੋਲ ਸਕਦੇ ਆ ਉਸ ਨੂੰ ਅਸੀਂ ਕਿਹੜਾ ਨਾਮ ਬੋਲਦੇ ਆ ਉਸ ਨੂੰ ਅਸੀਂ ਬੋਲਦੇ ਆ ਵਸਤੂਵਾਚਕ ਨਾਮ ਗਾਲੋਗੀ ਚੀਜ਼ਾਂ ਦੀ ਚੀਜ਼ ਵਸਤੂ ਹੀ ਹੁੰਦੀਆਂ ਤਿੱਥੋਂ ਹੀ ਨਾਮ ਯਾਦ ਰੱਖ ਸਕਦੇ ਹੋ ਵਸਤੂਵਾਚਕ ਨਾਮ ਆਪਸ਼ਨ ਨੰਬਰ 1 ਆਇਆ ਜ਼ਾ ਰਾਈਟ ਆਨਸਰ ਹੋ ਸਕਦਾ ਚੀਜ਼ ਨਾ ਆਵੇ ਇਸ ਗੱਲ ਦਾ ਵੀ ਧਿਆਨ ਰੱਖਣਾ ਨੈਕਸਟ ਕੁਐਸਚਨ ਜੋ ਨਾਮ ਉਹਨਾਂ ਚੀਜ਼ਾਂ ਜਾਂ ਭਾਵਾਂ ਲਈ ਵਰਤੇ ਜਾਣ ਜਿਨ੍ਹਾਂ ਦਾ ਸਰੀਰ ਦਾ ਜਾਂ ਆਕਾਰ ਹੋਵੇ ਜਿਹੜੇ ਨਾਮ ਉਹਨਾਂ ਚੀਜ਼ਾਂ ਲਈ ਜਾਂ ਭਾਵਾਂ ਲਈ ਵਰਤੇ ਜਾਣ ਜਿਨ੍ਹਾਂ ਦਾ ਸਰੀਰ ਹੋਵੇ ਜਾਂ ਕੋਈ ਨਾ ਕੋਈ ਆਕਾਰ ਹੋਵੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਭਾਵਵਾਚਕ ਨਾਮ অপশন নাম্বার উডা ইস আ রাইট आंसर ਜਿਵੇਂ ਸੱਚ ਕੋੜਾ ਦੁੱਖ ਗਰੀਬ ਅਮੀਰ ਸੁਗੰਧ ਠੀਕ ਹੈ ਨੈਕਸਟ ਪੁਜੀਸ਼ਨ ਪਾਣੀ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਹਾਂਜੀ ਪਾਣੀ ਸ਼ਬਦ ਜਿਹੜਾ ਇਹ ਨਾਮ ਦੀ ਕਿਹੜੀ ਕਿਸਮ ਆ ਆਮ ਨਾਮ অপশন ਨੰਬਰ ਆੜਾ ইস আ রাইট आंसर ਆਮ ਨਾਮ ਕਿਹੜੇ ਹੁੰਦੇ ਆ ਕੁਰਸੀ ਬੱਕਰੀ ਲੜਕਾ ਪਹਾੜ ਦਰਿਆ ਸਕੂਲ ਸਹਿਰ ਕਿਸਾਨ ਠੀਕ ਹੈ ਜੀ ਜਨੇਕੇ ਉਹ ਸ਼ਬਦ ਜਿੰਨਾ ਤੋਂ ਕਿਸੇ ਜਾਤੀ ਸ੍ਰੇਣੀ ਦਾ ਪਤਾ ਲੱਗੇ ਉਹਨਾਂ ਨੂੰ ਅਸੀਂ ਬੋਲ ਦਿੰਨੇ ਆ ਆਮ ਨਾਮ ਜਾਂ ਜਾਤੀਵਾਚਕ ਨਾਮ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਆਵਦ ਸ਼ਬਦ ਨਾਮ ਦੀ ਕਿਸਮ ਹੈ ਹਾਂਜੀ ਆਵਦ ਸ਼ਬਦ ਕਿਹੜੇ ਨਾਮ ਦੀ ਕਿਸਮ ਆ ਖਾਸ ਨਾਮ ਦੀ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਖਾਸ ਨਾਮ ਕਿਹੜੇ ਹੁੰਦੇ ਆ ਜਿਹੜੇ ਕਿਸੇ ਪੁਰਖ ਸਥਾਨ ਏ ਸਤਰੀ ਸ਼ਹਿਰ ਦਾ ਬੋਧ ਕਰਵਾਉਂਦੇ ਆ ਉਹਨਾਂ ਨੂੰ ਅਸੀਂ ਖਾਸ ਨਾਮ ਬੋਲਦੇ ਆ ਖਾਸ ਨਾਮ ਨੂੰ ਅਸੀਂ ਨਿਜ ਨਾਮ ਵੀ ਬੋਲ ਦਿੰਨੇ ਆ ਜਿਵੇਂ ਜਲੰਧਰ ਅੰਮ੍ਰਿਤਸਰ ਮਹਾਰਾਸ਼ਟਰ ਨਰਮਦਾ ਸਤਲੋਜ ਗੁਰੂ ਨਾਨਕ ਦੇਵ ਜੀ ਸਵਾਹਰ ਲਾਲ ਨਹਿਰੂ ਆਦ ਅਗਲਾ ਪ੍ਰਸ਼ਨ ਜੋ ਨਾਮ ਗਿਣਣਯੋਗ ਚੀਜ਼ਾਂ ਦੀ ਸਾਰੀ ਜਾਤੀ ਅਤੇ ਉਸ ਜਾਤੀ ਦੀ ਹਰ ਵਸਤੂ ਲਈ ਯੋਗ ਹੋਵੇ ਉਸ ਨੂੰ ਕੀ ਕਹਿੰਦੇ ਆ ਹਾਂਜੀ ਜੋ ਨਾਮ ਗਿਣਣਯੋਗ ਚੀਜ਼ਾਂ ਦੀ ਜਾਂ ਸਾਰੀ ਜਾਤੀ ਦੇ ਲਈ ਦੇਖੋ ਜਾਤੀਵਾਚਕ ਨਾਮ ਕਿਹਾ ਜਾਂਦਾ ਵਾ ਆਮ ਨਾਮ ਨੂੰ ਇੱਥੇ ਤੁਹਾਨੂੰ ਕਨਫਰਮ ਆ ਕਿ ਆਪਸ਼ਨ ਨੰਬਰ ਆੜਾ ਹੀ ਰਾਈਟ ਆਨਸਰ ਆ ਅਤੇ ਉਸ ਜਾਤੀ ਦੀ ਹਰ ਵਸਤੂ ਲਈ ਪ੍ਰਯੋਗ ਹੁੰਦਾ ਨੈਕਸਟ ਕੁਐਸ਼ਨ ਸਾਂਜੀ ਵਾਲਤਾ ਨਾਮ ਦੀ ਕਿਸਮ ਹੈ ਹਾਂਜੀ ਸਾਂਜੀ ਵਾਲਤਾ ਕਿਹੜੇ ਨਾਮ ਦੀ ਕਿਸਮ ਆ ਭਾਵਾਚਕ ਨਾਮ ਦੀ ਆਪਸ਼ਨ ਨੰਬਰ ਆੜਾ ਇਜ਼ਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਜੋ ਨਾਮ ਵਸਤੂਆਂ ਦੇ ਸਮੂਹ ਜੀਵਨ ਆਦ ਦੇ ਇਕੱਠ ਲਈ ਪ੍ਰਯੋਗ ਹੁੰਦਾ ਹਾਂਜੀ ਨਾਮ ਤੋਂ ਹੀ ਪਤਾ ਲੱਗਦਾ ਹੈ ਇਕੱਠ ਇਕੱਠ ਦੇ ਪ੍ਰਯੋਗ ਲਈ ਪ੍ਰਯੋਗ ਹੁੰਦਾ ਕਿਸੇ ਚੀਜ਼ ਦੇ ਸਮੂਹ ਲਈ ਪ੍ਰਯੋਗ ਹੁੰਦਾ ਉਸ ਨੂੰ ਅਸੀਂ ਇਕੱਠਵਾਚਕ ਨਾਮ ਹੀ ਬੋਲਦੇ ਹਾਂ অপਸ਼ਨ ਨੰਬਰ ਏਡੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਕਿਹੜਾ ਸ਼ਬਦ ਆਮ ਨਾਮ ਹੈ ਹਾਂਜੀ ਕਿਹੜਾ ਸ਼ਬਦ ਹੈ ਜਿਹੜਾ ਇੱਕ ਆਮ ਜਿਹਾਈ ਨਾਮ ਆ ਜਾਂ ਆਮ ਨਾਮ ਹੈ ਆਮ ਦੀ ਉਦਾਹਰਣ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆੜਾ ਦਹੀਂ ਦਹੀਂ ਇੱਕ ਆਮ ਨਾਮ ਆ ਜਾਨੀ ਕਿ ਇਸ ਨੂੰ ਅਸੀਂ ਕੀ ਬੋਲ ਸਕਦੇ ਆ ਆਮ ਨਾਮ ਨੂੰ ਹੀ ਅਸੀਂ ਜਾਤੀਵਾਚਕ ਨਾਮ ਬੋਲਦੇ ਆ ਇਸ ਗੱਲ ਦਾ ਧਿਆਨ ਰੱਖਣਾ ਅਗਲਾ ਪ੍ਰਸ਼ਨ ਕਿਹੜਾ ਸ਼ਬਦ ਇਹਨਾਂ ਦੇ ਵਿੱਚੋਂ ਭਾਵਵਾਚਕ ਨਾਮ ਹੈ ਹਾਂ ਜੀ ਭਾਵਵਾਚਕ ਨਾਮ ਕਿਹੜਾ ਸ਼ਬਦ ਆ ਇਹਨਾਂ ਦੇ ਵਿੱਚੋਂ ਇਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਭਾਵਵਾਚਕ ਕੀ ਹੁੰਦਾ ਪਹਿਲਾਂ ਤਾਂ ਤੁਹਾਨੂੰ ਇਹ ਹੀ ਦੱਸ ਦੇਣਾ ਚਾਹੁੰਦੀ ਆ ਮੈਂ ਕਿ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਗੌਣ ਹਾਲਾਤ ਜਾਂ ਭਾਵ ਦਾ ਪਤਾ ਲੱਗੇ ਉਹਨਾਂ ਨੂੰ ਨਾ ਵੇਖਿਆ ਜਾਵੇ ਨਾ ਸੁਹਿਆ ਜਾਵੇ ਕੇਵਲ ਮਹਿਸੂਸ ਹੀ ਕੀਤਾ ਜਾਵੇ ਉਹਨਾਂ ਨੂੰ ਅਸੀਂ ਭਾਵਵਾਚਕ ਬੋਲਦੇ ਹਾਂ ਜਿਵੇਂ ਸੱਚਾ ਮਿੱਠਾ ਖੁਸ਼ੀ ਗਮੀ ਗੁਲਾਮੀ ਸੁੰਦਰਤਾ ਝੂਠਾ ਅਮੀਰਾ ਜਾਂ ਸੱਚ ਹਮੇਸ਼ਾ ਕੌੜਾ ਹੁੰਦਾ ਵਾ ਠੀਕ ਹੈ ਇਸ ਤਰ੍ਹਾਂ ਦੇ ਜਿਵੇਂ ਲਾਈਨਾਂ ਵੀ ਆ ਜਾਂਦੀਆਂ ਵਾਂ ਤਾਂ ਇਸ ਦੇ ਵਿੱਚ ਉਹਨੇ ਪੁੱਛਿਆ ਕਿ ਕਿਹੜਾ ਸ਼ਬਦ ਭਾਵਵਾਚਕ ਹੈ ਪਾ ਇਸ ਦਾ ਜਿਹੜੀ ਚੀਜ਼ ਨੂੰ ਅਸੀਂ ਦੇਖ ਨਹੀਂ ਸਕਦੇ ਉਸ ਦੀ ਗੱਲ ਹੋ ਰਹੀ ਹੈ ਭਾਬਾਚਕ ਨਾਮ ਪਾਣੀ ਅਸੀਂ ਦੇਖ ਸਕਦੇ ਹਾਂ ਰਮਨਦੀਪ ਜਿਸੇ ਦਾ ਨਾਮ ਹੈ ਇਹਨੂੰ ਵੀ ਅਸੀਂ ਦੇਖ ਸਕਦੇ ਹਾਂ ਔਰਤ ਨੂੰ ਵੀ ਅਸੀਂ ਦੇਖਦੇ ਹਾਂ ਪਰ ਰਾਈਟ ਆਨਸਰ ਹੈ ਸਰਦੀ ਸਰਦੀ ਅਸੀਂ ਮਹਿਸੂਸ ਕਰਦੇ ਹਾਂ ਪਰ ਇਸ ਨੂੰ ਅਸੀਂ ਦੇਖ ਨਹੀਂ ਸਕਦੇ ਅਗਲਾ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਆਪਸ਼ਨ ਤਾਂ ਤੁਹਾਡੇ ਸਾਹਮਣੇ ਹੀ ਆ ਗਈ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਪੰਜ ਕਿਹੜੇ-ਕਿਹੜੇ ਹੁੰਦੇ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਆਮ ਨਾਮ ਖਾਸ ਨਾਮ ਇਕਾਠਵਾਚਕ ਨਾਮ ਵਸਤੂਵਾਚਕ ਨਾਮ ਭਾਵਵਾਚਕ ਨਾਮ ਅਗਲਾ ਪ੍ਰਸ਼ਨ ਜਿਹੜਾ ਨਾਮ ਵਸਤੂਵਾਚਕ ਨਾਮ ਹੈ ਹਾਂਜੀ ਇਹਨਾਂ ਦੇ ਵਿੱਚੋਂ ਸੌਰੀ ਕਿਹੜਾ ਨਾਮ ਵਸਤੂਵਾਚਕ ਨਾਮ ਆ ਤਾਂ ਰਾਈਟ ਆਨਸਰ ਹੈ ਦੇਖੋ ਕੁੜੀ ਤੇ ਢਾਰ ਇਹ ਇੱਕ ਵਸਤੂ ਦਾ ਨਾਮ ਨਹੀਂਗਾ ਵਸਤੂਗਾ ਸੋਨਾ ਆਪਸ਼ਨ ਨੰਬਰ ਸਸਾ ਇਸ ਦਾ ਰਾਈਟ ਆਨਸਰ ਤੇ ਇਸ ਦੇ ਵਿੱਚ ਆੜਾ ਆਪਸ਼ਨ ਸੀ ਸੂਰਜ ਦੀ ਜਿਹੜੀ ਕਿ ਟਾਈਪ ਨਹੀਂ ਹੋਈ ਅਗਲਾ ਪ੍ਰਸ਼ਨ ਜਿਹੜਾ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ हां जी ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਖਾਸ ਨਾਮ ਆ ਦੇਖੋ ਕਿਸੇ ਸਥਾਨ ਦਾ ਖਾਸ ਨਾਮ ਪਟਿਆਲਾ ਆਪਸ਼ਨ ਨੰਬਰ 6 ਸਹੀ ਆ ਰਾਈਟ ਆਨਸਰ ਇਸ ਤੋਂ ਇਲਾਵਾ ਕਾਰ-ਕਾਰ ਦੇ ਵੀ ਤਾਂ ਅੱਗੇ ਬਹੁਤ ਜ਼ਿਆਦਾ ਨਾਮ ਹੁੰਦੇ ਆ ਜੋ ਲਿਖੇ ਹੁੰਦੇ ਮੁੰਡਾ-ਮੁੰਡਿਆਂ ਦੇ ਵੀ ਤਾਂ ਨਾਮ ਹੁੰਦੇ ਆ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਸ਼ਨ ਨੰਬਰ 6 ਸਹੀ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਜਿਹੜੇ ਸ਼ਬਦ ਕਿਸੇ ਵਸਤੂ ਮਨੁੱਖ ਜਾਂ ਸਥਾਨ ਦਾ ਵੋਧ ਕਰਵਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹਾਂਜੀ ਜਿਹੜੇ ਸ਼ਬਦ ਕਿਸੇ ਵਸਤੂ ਮਨੁੱਖ ਜਾਂ ਸਥਾਨ ਦਾ ਵੋਧ ਕਰਵਾਉਂਦੇ ਆ ਉਹਨਾਂ ਨੂੰ ਅਸੀਂ ਨਾਮ ਬੋਲਦੇ ਆ ਆਪਸ਼ਨ ਨੰਬਰ 1 ਆ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੀ ਜਿਹੜੇ ਸ਼ਬਦ ਕਿਸੇ ਵਸਤੂ ਮਨੁੱਖ ਜਾਂ ਸਥਾਨ ਦਾ ਵੋਧ ਕਰਵਾਉਣ ਉਸ ਨੂੰ ਕੀ ਕਹਿੰਦੇ ਆ ਹਾਂਜੀ ਜਿਹੜੇ ਸ਼ਬਦ ਕਿਸੇ ਵਸਤੂ ਮਨੁੱਖ ਜਾਂ ਸਥਾਨ ਦਾ ਵੋਧ ਕਰਵਾਉਂਦੇ ਆ ਉਹਨਾਂ ਨੂੰ ਅਸੀਂ ਨਾਮ ਬੋਲਦੇ ਹਾਂ ਆਪਸ਼ਨ ਨੰਬਰ ਆ ਡਾ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਨਾਮ ਸ਼ਬਦ ਕਿਹੜੇ ਹਨ ਇਹਨਾਂ ਦੇ ਵਿੱਚੋਂ ਨਾਮ ਸ਼ਬਦ ਕਿਹੜੇ ਆ ਹਾਂਜੀ ਇਹਨਾਂ ਦੇ ਵਿੱਚੋਂ ਨਾਮ ਸ਼ਬਦ ਆ ਰਵੀ ਕੁਰਸੀ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਿਹੜੇ ਸ਼ਬਦ ਸਥਾਨਾਂ ਦੇ ਨਾਮ ਹਨ ਹਾਂਜੀ ਕਿਹੜੇ ਸ਼ਬਦ ਆ ਇਹਨਾਂ ਦੇ ਵਿੱਚੋਂ ਜਿਹੜੇ ਸਥਾਨਾਂ ਦੇ ਨਾਮ ਆ ਅੰਮ੍ਰਿਤਸਰ ਅਤੇ ਇੰਗਲੈਂਡ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆਂ ਜੀ ਹਰਜੀਤ ਪੈਨ ਪਟਿਆਲਾ ਸ਼ਬਦ ਕੀ ਹਨ ਹਾਂਜੀ ਹਰਜੀਤ ਪੈਨ ਪਟਿਆਲਾ ਸ਼ਬਦ ਨਾਮ ਆ ਆਪਸ਼ਨ ਨੰਬਰ ਸਸਾ ਇਸ ਦਾ ਰਾਈਟ ਆਨਸਰ ਦੇਖੋ ਹੁੰਦਾ ਤੁਹਾਨੂੰ ਪਤਾ ਨਾ ਸਾਡਾ ਟਾਪਿਕ ਨਾਮ ਦਾ ਵਾ ਤਾਂ ਅਸੀਂ ਨਾਮ ਇੱਥੋਂ ਤਾਂ ਅਸੀਂ ਅੰਦਾਜ਼ਾ ਹੀ ਲਗਾ ਲਿਆ ਪਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਸ਼ਬਦ ਚ ਕਿਸੇ ਖਾਸ ਵਿਅਕਤੀ ਦਾ ਨਾਮ ਲਿਖਿਆ ਹੋਵੇ ਕਿਸੇ ਖਾਸ ਸਥਾਨ ਦਾ ਨਾਮ ਲਿਖਿਆ ਹੋਵੇ ਕਿਸੇ ਖਾਸ ਚੀਜ਼ ਦਾ ਨਾਮ ਲਿਖਿਆ ਹੋਵੇ ਉਸ ਨੂੰ ਅਸੀਂ ਨਾਮ ਬੋਲਦੇ ਆਂ ਅਗਲਾ ਪ੍ਰਸ਼ਨ ਰਵੀ ਪੰਜਾਬ ਹਿਮਾਲਾ ਨਾਮ ਦੀ ਕਿਹੜੀ ਕਿਸਮ ਹੈ ਹਾਂਜੀ ਰਵੀ ਪੰਜਾਬ ਤੇ ਹਿਮਾਲਾ ਇਹ ਨਾਮ ਦੀ ਕਿਹੜੀ ਕਿਸਮ ਖਾਸ ਨਾਮ ਹੈ অপਸ਼ਨ ਨੰਬਰ 7 ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ 5 অপਸ਼ਨ ਨੰਬਰ 8 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੇਟ ਲਿਖਿਆ ਵਿੱਚੋਂ ਕਿਹੜੀ ਕਿਸਮ ਨਾਮ ਦੀ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਕਿਸਮ ਨਾਵਦੀ ਆ ਵਸਤੂਵਾਚਕ ਨਾਮ অপশন ਨੰਬਰ ইডি ইজ দা রাইট আনসার। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਤ올ੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਚੀਜ਼ ਵਸਤੂਆਂ ਦਾ ਵੋਧ ਕਰਵਾਉਣ ਵਾਲੇ ਸ਼ਬਦ ਕਿਸ ਕਿਸਮ ਦੇ ਨਾਮ ਹਨ? ਹਾਂਜੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਤੋਲ ਸਕਦੇ ਹਾਂ, ਮਾਪ ਸਕਦੇ ਹਾਂ, ਉਹਨਾਂ ਦਾ ਜੋ ਵੋਧ ਕਰਵਾਉਂਦੇ ਸ਼ਬਦ ਦਾ ਉਹ ਕਿਹੜੀ ਕਿਸਮ ਦੇ ਆ? ਵਸਤੂਵਾਚਕ ਨਾਮ। অপশন ਨੰਬਰ ਊੜਾ ইজ দা রাইট আনসার। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਇਕੱਠ ਦਾ ਬੋਧ ਕਰਵਾਉਣ ਵਾਲੇ ਸ਼ਬਦ ਕਿਸ ਪ੍ਰਕਾਰ ਦੇ ਨਾਮ ਹਨ ਹਾਂਜੀ ਜਿਹੜੇ ਸ਼ਬਦ ਇਕੱਠ ਦਾ ਬੋਧ ਕਰਵਾਉਣ ਉਹ ਕਿਹੜੀ ਕਿਸਮ ਦੇ ਨਾਮ ਹਨ ਤਾਂ ਉਹ ਹਨ ਇਕੱਠਵਾਚਕ ਨਾਮ অপਸ਼ਨ ਨੰਬਰ ਈ ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਲੜਕਾ ਗਊ ਮੇਜ਼ ਨਾਮ ਦੀ ਕਿਹੜੀ ਕਿਸਮ ਹਨ ਇੱਕ ਲੜਕਾ ਗਉ ਮੇਜ਼ ਇਹ ਕਿਹੜੀ ਕਿਸਮ ਦੇ ਵਿੱਚ ਆ ਜਾਂਦੇ ਆ ਆਮ ਨਾਮ ਜਾਂ ਜਾਤੀਵਾਚਕ ਨਾਮ ਦੇ ਵਿੱਚ অপਸ਼ਨ ਨੰਬਰ ਈ ਇਜ਼ ਅ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੀ ਜਿਹੜੀਆਂ ਚੀਜ਼ਾਂ ਨਾ ਵੇਖੀਆਂ ਜਾ ਸਕਣ ਨਾ ਫੜੀਆਂ ਜਾ ਸਕਣ ਕੇਵਲ ਮਹਿਸੂਸ ਹੀ ਕੀਤੀਆਂ ਜਾਣ ਉਹਨਾਂ ਨੂੰ ਅਸੀਂ ਕੀ ਬੋਲਦੇ ਆ ਹਾਂਜੀ ਉਹਨਾਂ ਨੂੰ ਅਸੀਂ ਬੋਲਦੇ ਆ ਭਾਵਵਾਚਕ ਨਾਮ অপਸ਼ਨ ਨੰਬਰ ਸ ਇਸ ਅ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਹੁਣ ਅਸੀਂ ਸਾਰਿਆਂ ਦੀਆਂ ਸਾਰੇ ਉਦਾਹਰਣ ਹੀ ਕਰਾਂਗੇ ਜਿਵੇਂ ਅੱਜ ਬਹੁਤ ਗਰਮੀ ਹੈ ਕਿਹੜਾ ਨਾਮ ਇਹਦੇ ਵਿੱਚ ਵਰਤਿਆ ਗਿਆ ਵਾ ਹਾਂਜੀ ਅੱਜ ਬਹੁਤ ਗਰਮੀ ਹੈ ਹੁਣ ਦੇਖੋ ਗਰਮੀ ਨੂੰ ਅਸੀਂ ਦੇਖ ਤਾਂ ਨਹੀਂ ਸਕਦੇ ਨਾ ਤਾਂ ਗਰਮੀ ਤਾਂ ਮਹਿਸੂਸ ਹੀ ਹੁੰਦੀ ਆ ਤਾਂ ਇਹਨੂੰ ਅਸੀਂ ਭਾਵਵਾਚਕ ਨਾਮ ਬੋਲਾਂਗੇ ਆਪਸ਼ਨ ਨੰਬਰ 1 ਆਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ ਮੁੰਡੇ ਸਕੂਲ ਜਾਂਦੇ ਹਨ ਹਾਂਜੀ ਇਸ ਦੇ ਵਿੱਚ ਨਾਮ ਕਿਹੜਾ ਨਾਮ ਆ ਕਿਹੜੇ ਨਾਮ ਦੀ ਵਰਤੋਂ ਕੀਤੀ ਗਈ ਆ ਦੇਖੋ ਪਹਿਲਾਂ ਦੇਖੋ ਨਾਮ ਕੀ ਆ ਦੇ ਵਿੱਚ ਮੁੰਡੇ ਮੁੰਡੇ ਸਕੂਲ ਜਾਂਦੇ ਆ ਤੇ ਮੁੰਡੇ ਕਿਸ ਦਾ ਨਾਮ ਆ ਆਮ ਨਾਮ ਆ ਆਪਸ਼ਨ ਨੰਬਰ ਉਡਾਈਜ਼ਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੀ ਅਸੀਂ ਤਾਜ ਮਹਿਲ ਦੇਖਣ ਗਏ ਹੁਣ ਇਹਦੇ ਵਿੱਚ ਤਾਜ ਮਹਿਲ ਇੱਕ ਖਾਸ ਸਥਾਨ ਦਾ ਨਾਮ ਆ ਗਿਆ ਇਥੋਂ ਨਾਮ ਤੋਂ ਹੀ ਪਤਾ ਲੱਗਦਾ ਕਿ ਖਾਸ ਨਾਮ ਹੋਵੇਗਾ ਆਪਸ਼ਨ ਨੰਬਰ ਉਡਾਈਜ਼ਾ ਰਾਈਟ ਆਨਸਰ ਅਗਲਾ ਪ੍ਰਸ਼ਨ ਹਾਂਜੀ ਸਾਡੀ ਟੀਮ ਨੇ ਮੈਚ ਜਿੱਤ ਲਿਆ ਸਾਡੀ ਟੀਮ ਪਹਿਲਾਂ ਇਹਨਾਂ ਨਾਮ ਦੇਖੋ ਕੀ ਇਹਦੇ ਗੱਲ ਹੋਈ ਹੈ ਨਾਮ ਦੀ ਨਾਮ ਕੀ ਦਾ ਬਨਾਮ ਆ ਟੀਮ ਟੀਮ ਇੱਕ ਨਾਮ ਆ ਤੇ ਕਿਹੜੀ ਕਿਸਮ ਦਾ ਨਾਮ ਆ ਇਕਾਠਵਾਚਕ ਨਾਮ ਕਿਉਂਕਿ ਟੀਮ ਦੇ ਵਿੱਚ ਇਕੱਠੀ ਹੋਊਗਾ ਟੀਮ ਦੇ ਵਿੱਚ ਇੱਕ ਤੋਂ ਵੱਧ ਮੈਂਬਰ ਹੋਣਗੇ ਇਕੱਠ ਹੋਊਗਾ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਬੱਚਾ ਅਚਾਨਕ ਰੇਤ ਵਿੱਚ ਫਸ ਗਿਆ ਹਾਂਜੀ ਰੇਤ ਵਿੱਚ ਫਸ ਗਿਆ ਰੇਤ ਇਸ ਦੇ ਵਿੱਚ ਨਾਮ ਕੀ ਆ ਰੇਤ ਆ ਨਾਮ ਇੱਕ ਕੀ ਆ ਰੇਤ ਆ ਠੀਕ ਹੈ ਤੇ ਉਹ ਕਿਹੜੀ ਕਿਸਮ ਦਾ ਵਾ ਰੇਤ ਕੀ ਆ ਇੱਕ ਵਸਤੂ ਆ ਵਸਤੂਵਾਚਕ ਨਾਮ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਦੇਸੀ ਕਿਉਂ ਬੜਾ ਮਹਿੰਗਾ ਹੈ ਹਾਂਜੀ ਦੇਸੀ ਕਿਉਂ ਬੜਾ ਮਹਿੰਗਾ ਹੈ ਇਸ ਦੇ ਵਿੱਚ ਨਾਮ ਕੀ ਆ ਨਾਮ ਇੱਕ ਕਿਉਂ ਆ ਤੇ ਕਿਹੜੀ ਕਿਸਮ ਦਾ ਵਾ ਕਿਉਂ ਇੱਕ ਵਸਤੂ ਆ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਵਸਤੂਵਾਚਕ ਨਾਮ ਅਗਲਾ ਪ੍ਰਸ਼ਨ ਵਿਦਿਆਰਥੀ ਜਮਾਤ ਵਿੱਚ ਪੜ ਰਹੇ ਹਨ ਹੁਣ ਦੇਖੋ ਇਹਦੇ ਵਿੱਚ ਨਾਮ ਕੀ ਆ ਜਮਾਤ ਜਮਾਤ ਦੇ ਵਿੱਚ ਇਕੱਠੀ ਆਉਂਦਾ ਵਾ ਨਾ ਤਾਂ ਨਾਮ ਤੋਂ ਹੀ ਪਤਾ ਲੱਗਦਾ ਕਿ ਇਕੱਠਵਾਚਕ ਨਾਮ ਹੋਣਗੇ অপਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਸ਼ੇਰ ਇੱਕ ਜੰਗਲੀ ਜਾਨਵਰ ਹੈ ਹਾਂਜੀ ਇਸ ਦੇ ਵਿੱਚ ਨਾਮ ਦੇਖੋ ਕਿਸੇ ਕਿਸੇ ਖਾਸ ਨਾਮ ਦੀ ਵਰਤੋਂ ਹੋ ਰਹੀ ਆ ਮਤਲਬ ਕਿ ਸ਼ੇਰ ਸ਼ੇਰ ਦੀ ਵਰਤੋਂ ਹੋ ਰਹੀ ਆ ਸ਼ੇਰ ਇੱਕ ਜੰਗਲੀ ਜਾਨਵਰ ਆ ਤੇ ਇੱਕ ਆਮ ਨਾਮ ਆ অপਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਮਹਾਤਮਾ ਗਾਂਧੀ ਕਈ ਵਾਰ ਜੇਲ੍ਹ ਗਏ ਇਸ ਦੇ ਵਿੱਚ ਹੋਣ ਕੀ ਹੈ ਮਹਾਤਮਾ ਗਾਂਧੀ ਕਿਸੇ ਖਾਸ ਵਿਅਕਤੀ ਦਾ ਗੱਲ ਹੋਈ ਹੈ ਕਿਸੇ ਖਾਸ ਵਿਅਕਤੀ ਦਾ ਨਾਮ ਲਿਖਿਆ ਤਾਂ ਇਸ ਦਾ ਨਾਮ ਇਸ ਦਾ ਵਿੱਚ ਰਾਈਟ ਆਨਸਰ ਹੋਵੇਗਾ ਖਾਸ ਨਾਮ ਅਗਲਾ ਪ੍ਰਸ਼ਨ ਖੁਸ਼ੀ ਮਨ ਦੀ ਇੱਕ ਅਵਸਥਾ ਹੈ ਹਾਂਜੀ ਹੁਣ ਇਸ ਦੇ ਵਿੱਚ ਨਾਮ ਕਿਹੜਾ ਵਾ ਖੁਸ਼ੀ ਖੁਸ਼ੀ ਹੈ ਜਿਹੜੀ ਇਹਨੂੰ ਅਸੀਂ ਫੀਲ ਹੀ ਕਰ ਸਕਦੇ ਆ ਦੇਖ ਤਾਂ ਨਹੀਂ ਸਕਦੇ ਤਾਂ ਇਹਦਾ ਇਹਦਾ ਆਨਸਰ ਹੋਊਗਾ ਭਾਵਵਾਚਕ ਨਾਮ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਜਿਹੜੇ ਸ਼ਬਦ ਕਿਸੇ ਮਨੁੱਖ ਜੀਵ ਜਗਾ ਵਸਤੂ ਭਾਵ ਆਦ ਦੇ ਨਾਮ ਦੱਸਣ ਉਹਨਾਂ ਨੂੰ ਕੀ ਕਹਿੰਦੇ ਆ ਹਾਂਜੀ ਜਿਹੜੇ ਸ਼ਬਦ ਕਿਸੇ ਮਨੁੱਖ ਜੀਵ ਜਗਾ ਵਸਤੂ ਭਾਵ ਆਦ ਦੇ ਨਾਮ ਦੱਸਣ ਉਹਨਾਂ ਨੂੰ ਅਸੀਂ ਨਾਮ ਹੀ ਬੋਲਦੇ ਆ ਆਪਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਨਾਮ ਦੇ ਪ੍ਰਕਾਰ ਹੁੰਦੇ ਹਨ ਹਾਂਜੀ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਆ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਆਪਸ਼ਨ ਨੰਬਰ ਊੜਾ ਇਜ਼ਾ ਰਾਈਟ ਆਨਸਰ ਅਗਲਾ ਪ੍ਰਸ਼ਨ ਜਿਸ ਸ਼ਬਦ ਤੋਂ ਕਿਸੇ ਭਾਵ ਹਾਲਾਤ ਜਾਂ ਗੁਣ ਆਦ ਦਾ ਗਿਆਨ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹਾਂਜੀ ਜਿਹੜੇ ਸ਼ਬਦ ਤੋਂ ਭਾਵ ਹਾਲਤ ਗੁਣ ਆਦ ਦਾ ਅਰਧਾ ਗਿਆਨ ਹੋਵੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਭਾਵਵਾਚਕ ਆਪਸ਼ਨ ਨੰਬਰ ਆ ਡਾ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਭਾਵਵਾਚਕ ਨਹੀਂਗਾ ਇਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਭਾਵਵਾਚਕ ਨਹੀਂਗਾ ਪੁਸਤਕ ਆਪਸ਼ਨ ਨੰਬਰ 6 ਦਾ ਰਾਈਟ ਆਨਸ ਦੇਖੋ ਉਦਾਸੀ ਨੂੰ ਅਸੀਂ ਫੀਲ ਕਰ ਸਕਦੇ ਆ ਦੇਖ ਨਹੀਂ ਸਕਦੇ ਖੁਸ਼ੀ ਨੂੰ ਅਸੀਂ ਦੇਖ ਨਹੀਂ ਸਕਦੇ ਫੀਲ ਕਰ ਸਕਦੇ ਆ ਸਚਾਈ ਇਹਨੂੰ ਵੀ ਅਸੀਂ ਦੇਖ ਨਹੀਂ ਸਕਦੇ ਦੇਖ ਅਸੀਂ ਸਕਦੇ ਆ ਪੁਸਤਕ ਨੂੰ ਤਾਂ ਇਹ ਭਾਵਵਾਚਕ ਨਹੀਂਗਾ ਅਗਲਾ ਮਨੋਖ ਸ਼ਬਦ ਹੈ ਹਾਂਜੀ ਮਨੋਖ ਸ਼ਬਦ ਹੈ ਇਹ ਕਿਸ ਕਿਸਮ ਦਾ ਨਾਮ ਆ ਆਮ ਨਾਮ ਆ ਆਪਸ਼ਨ ਨੰਬਰ 8 ਹੈ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੀ ਹਾਂਜੀ ਅਗਲਾ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਸ਼ਬਦ ਭਾਵਨਾ ਭਾਵਵਾਚਕ ਨਾਮ ਹੈ ਹਾਂਜੀ ਇਹਨਾਂ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਭਾਵਵਾਚਕ ਨਾਮ ਆ ਇੱਜ਼ਤ ਇੱਜ਼ਤ ਇੱਕ ਕੀ ਆ ਭਾਵਵਾਚਕ ਨਾਮ ਆ ਆਪਸ਼ਨ ਨੰਬਰ 1 ਆ ਇਸ ਦਾ ਰਾਈਟ ਆਨਸਰ ਹੈ ਬਾਕੀ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਆ ਪਰ ਇੱਜ਼ਤ ਨੂੰ ਅਸੀਂ ਦੇਖ ਨਹੀਂ ਸਕਦੇ ਫੀਲ ਹੀ ਕਰ ਸਕਦੇ ਆ ਇਸ ਨੂੰ ਅਸੀਂ ਭਾਵਵਾਚਕ ਬੋਲਦੇ ਆ ਅਗਲਾ ਪ੍ਰਸ਼ਨ ਜਿਸ ਸ਼ਬਦ ਤੋਂ ਤੋਲਣ ਮਿਨਣ ਜਾਂ ਮਾਪੀ ਜਾਣ ਵਾਲੀ ਵਸਤੂ ਦਾ ਗਿਆਨ ਹੋਵੇ ਉਸ ਨੂੰ ਕੀ ਕਹਿੰਦੇ ਆ हां जी ਜਿਹੜੇ ਸ਼ਬਦ ਤੋਂ ਤੋਲਣ ਮਿਨਣ ਜਾਂ ਮਾਪਣ ਮਾਪੀ ਜਾਣ ਵਾਲੀ ਵਸਤੂ ਦਾ ਗਿਆਨ ਹੋਵੇ ਉਸ ਨੂੰ ਅਸੀਂ ਬੋਲਦੇ ਹਾਂ ਵਸਤੂਵਾਚਕ ਨਾਮ ਆਪਸ਼ਨ ਨੰਬਰ ਈ ਡੀ ਇਜ਼ ਅ ਰਾਈਟ ਆਂਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਇਨ੍ਹਾਂ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਵਸਤੂਵਾਚਕ ਨਾਮ ਨਹੀਂ ਹੈ ਹਾਂ ਜੀ ਕਿਹੜਾ ਸ਼ਬਦ ਆ ਜਿਹੜਾ ਵਸਤੂਵਾਚਕ ਨਾਮ ਨਹੀਂਗਾ ਦੇਖੋ ਕਿਹੜਾ ਸ਼ਬਦ ਇਹਨਾਂ ਦੇ ਵਿੱਚੋਂ ਕੁੜਤਣ ਆਪਸ਼ਨ ਨੰਬਰ ਊੜਾ ਇਸ ਅ ਰਾਈਟ ਆਂਸਰ ਕੁੜਤਣ ਇੱਕ ਵਸਤੂ ਦਾ ਨਾਮ ਨਹੀਂਗਾ ਕਿਓ ਦੁੱਧ ਤੇ ਚਾਂਦੀ ਤਾਂ ਇੱਕ ਵਸਤੂ ਚ ਆ ਜਾਂਦੇ ਆ ਪਰ ਕੁੜੱਤਣਾ ਜਿਹੜਾ ਇੱਕ ਵਸਤੂ ਦਾ ਨਾਮ ਨਹੀਂ ਗਾ ਅਗਲਾ ਪ੍ਰਸ਼ਨ ਤੇਲ ਆਟਾ ਰੇਤ ਸ਼ਬਦ ਹਨ ਹਾਂਜੀ ਤੇਲ ਆਟਾ ਰੇਤ ਸ਼ਬਦਾਂ ਵਸਤੂਵਾਚਕ ਨਾਮ ਆਪਸ਼ਨ ਨੰਬਰ 1 ਇਸਾ ਰਾਈਟ ਆਨਸਰ ਅਗਲਾ ਪ੍ਰਸ਼ਨ ਜੁਵਾਨੀ ਗੁਲਾਮੀ ਸੁਹੱਪਣ ਸ਼ਬਦ ਹਨ ਕਿਹੜੇ ਸ਼ਬਦ ਹੈ ਭਾਵਵਾਚਕ ਨਾਮ ਆਪਸ਼ਨ ਨੰਬਰ 1 ਇਸਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਖਾਸ ਨਾਮ ਹੈ ਹਾਂਜੀ ਖਾਸ ਨਾਮ ਕਿਹੜਾ ਵਾ ਦੇਖੋ ਦਰਿਆ ਦਰਿਆਵਾਂ ਦੇ ਨਾਮ ਵੇ ਅਲੱਗ-ਅਲੱਗ ਆ ਸਮੁੰਦਰ ਆਗੇ ਸਮੁੰਦਰਾਂ ਦੇ ਨਾਮ ਵੀ ਅਲੱਗ-ਅਲੱਗ ਆ ਪਹਾੜਾਂ ਦੇ ਨਾਮ ਵੀ ਅਲੱਗ-ਅਲੱਗ ਆ ਪਰ ਗੰਗਾ ਪਹਿਲਾਂ ਹੀ ਕਿਸੇ ਚੀਜ਼ ਦਾ ਨਾਮ ਦਿੱਤਾ ਹੋਇਆ ਵਾ ਤਾਂ ਆਪਸ਼ਨ ਨੰਬਰ ਈਡੀ ਹੀ ਇੱਥੇ ਰਾਈਟ ਆਨਸਰ ਹੋਵੇਗਾ ਠੀਕ ਹੈ ਗੰਗਾ ਇੱਕ ਨਦੀ ਦਾ ਨਾਮ ਪਹਿਲਾਂ ਹੀ ਦਿੱਤਾ ਹੋਇਆ ਜੇ ਨਦੀ ਪਾਇਆ ਹੁੰਦਾ ਤਾਂ ਸਾਰੇ ਖਾਸ ਨਾਮ ਹੋ ਜਾਣੇ ਸੀ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਨਾਮ ਵਿੱਚ ਇਨਾਂ ਵਿੱਚੋਂ ਕਿਹੜੇ ਕਾਰਨਾ ਕਰਕੇ ਰੂਪ ਬਦਲ ਹੁੰਦਾ ਹੈ ਹਾਂਜੀ ਰਾਮ ਨਾਮ ਦੇ ਵਿੱਚ ਅਸੀਂ ਇਨਾਂ ਵਿੱਚੋਂ ਕਿਹੜੇ ਕਾਰਨ ਕਰਕੇ ਰੂਪ ਬਦਲ ਸਕਦੇ ਆ ਲਿੰਗ ਕਰਕੇ ਵਚਨ ਕਰਕੇ ਕਾਰਕ ਕਰਕੇ ਉੱਪਰਲੇ ਤਿੰਨੇ ਹੀ ਇਸ ਦਾ ਰਾਈਟ ਆਨਸਰ ਆ ਅਗਲਾ ਪ੍ਰਸ਼ਨ ਸਤਲੁਜ ਸ਼ਬਦ ਹੈ ਹਾਂਜੀ ਸਤਲੁਜ ਹੁਣੇ ਕਿਸੇ ਖਾਸ ਦਰਿਆ ਦੇ ਨਾਮ ਦੀ ਗੱਲ ਹੋ ਗਈ ਆ ਤਾਂ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੀ ਹਾਂਜੀ ਜੰਝ ਡਾਰ ਹੀੜ ਸ਼ਬਦ ਹਨ ਜਾਂਜ ਡਾਰ ਹੀਡ ਸ਼ਬਦ ਕਿਹੜੇ ਆ ਇਕਾਠਵਾਚਕ ਦੇ ਆ ਆਪਸ਼ਨ ਨੰਬਰ ਈਡੀ ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਆ ਜੀ ਗੁੜ ਸ਼ਬਦ ਹਾਂਜੀ ਸੌਰੀ ਗੁੜ ਸ਼ਬਦ ਸ਼ੱਕਰ ਤੇ ਕਣਕ ਇਹ ਸ਼ਬਦ ਕਿਹੜੇ ਆ ਇਹਨਾਂ ਨੂੰ ਅਸੀਂ ਦੇਖ ਸਕਦੇ ਆ ਇੱਕ ਵਸਤੂਆਂ ਤਾਂ ਆਪਸ਼ਨ ਨੰਬਰ ਈਡੀ ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਉਹ ਸ਼ਬਦ ਜੋ ਕਿਸੇ ਜੀਵ ਵਾਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਵਾ ਉਸ ਨੂੰ ਅਸੀਂ ਕੀ ਬੋਲਦੇ ਹਾਂ ਨਾਮ ਬੋਲਦੇ ਹਾਂ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਜੇ ਅਸੀਂ ਜੋ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਕੀ ਕਹਿੰਦੇ ਆ ਜੋ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਅਸੀਂ ਪਰਨਾਮ ਬੋਲਦੇ ਹਾਂ ਆਪਸ਼ਨ ਨੰਬਰ ਅ ਇਸ ਦਾ ਰਾਈਟ ਆਨਸਰ ਫਾਰ ਐਗਜ਼ਾਮਪਲ ਜਿਵੇਂ ਆਪਾਂ ਕਹੀਏ RAM ਇੱਕ ਬਹੁਤ ਸਿਆਣਾ ਮੁੰਡਾ ਹੈ ਤਾਂ RAM ਕੀ ਹੈ ਇਹਦੇ ਵਿੱਚ ਨਾਮ ਆ ਜੇ ਮੈਂ ਕਹਾ ਕਿ ਉਹ ਇੱਕ ਬਹੁਤ ਸਿਆਣਾ ਮੁੰਡਾ ਏ ਮਤਲਬ ਉਹ ਦੀ ਵਰਤੋਂ ਅਸੀਂ ਨਾਮ ਦੀ ਜਗ੍ਹਾ ਤੇ ਕਰ ਲਈ ਤਾਂ ਉਹ ਪੜਨਾਮ ਬਣ ਗਿਆ ਅਗਲਾ ਪ੍ਰਸ਼ਨ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਨਾਮ ਚੁਣੋ ਹਾਂਜੀ ਇਹਨਾਂ ਦੇ ਵਿੱਚੋਂ ਨਾਮ ਚੁਣਨਾ ਹੈ ਅਸੀਂ ਨਾਮ ਕਿਹੜਾ ਹੋਊਗਾ ਚੋਰ ਆਪਸ਼ਨ ਨੰਬਰ 1 ਸਸਾ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਚੁਣੋ ਹਾਂਜੀ ਅੱਗੇ ਵਿਸ਼ੇਸ਼ਣ ਦਾ ਸਿਨਾਵਾ ਵਿਸ਼ੇਸ਼ਣ ਕੀ ਹੈ ਕਾਲਾ ਮਤਲਬ ਕਾਲਾ ਵਾ ਜੋ ਇਹ ਕੀ ਹੈ ਕਿਸੇ ਚੀਜ਼ ਦੀ ਵਿਸ਼ੇਸ਼ਤਾ ਨੂੰ ਦਰਸਾ ਰਿਹਾ ਚੋਰ ਕਿਸੇ ਦਾ ਨਾਮ ਦਰਸਾ ਰਿਹਾ ਵਾ ਠੀਕ ਹੈ ਤੇ ਰੋਟੀ ਇੱਕ ਚੀਜ਼ ਆ ਇੱਕ ਵਸਤੂ ਦੀ ਗੱਲ ਹੋ ਗਈ ਵਸਤੂਵਾਚਕ ਨਾਮ ਹੋ ਗਿਆ ਪਰ ਵਿਸ਼ੇਸ਼ਣ ਮਤਲਬ ਕਿ ਇਹ ਕਾਲਾ ਮਤਲਬ ਕਿ ਇਹ ਕਿਸੇ ਚੀਜ਼ ਦੀ ਵਿਸ਼ੇਸ਼ਤਾ ਨੂੰ ਦਰਸਾ ਰਿਹਾ ਵਾ ਕਾਲਾ ਹੋ ਸਕਦਾ ਚਿੱਟਾ ਹੋ ਸਕਦਾ ਠੀਕ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ